ਕੈਨੇਡਾ ਦੇ ਵੱਲੋਂ ਲੰਮੇ ਅਰਸੇ ਬਾਅਦ ਆਪਣੀ ਡਿਫੈਂਸ ਪਾਲਿਸੀ ਇੱਕ ਵਾਰ ਫਿਰ ਤੋਂ ਕੈਨੇਡੀਅਨਸ ਦੇ ਨਾਲ ਸਾਂਝੀ ਕੀਤੀ ਗਈ ਹੈ, ਜਿਹਦੇ ਵਿੱਚ ਕੈਨੇਡਾ ਦੀ ਸੋਵਰਨਟੀ ਭਾਵ ਕਿ ਖੁਦ ਮੁਖਤਿਆਰੀ ਦੀ ਰਾਖੀ ਕਰਨੀ ਅਤੇ ਜਿਹੜੇ ਗਲੋਬਲ ਚੈਲੰਜਸ ਨੇ ਇਸ ਸਮੇਂ ਉਹ ਬੇਸ਼ੱਕ ਕੁਝ ਐਸੀਆਂ ਤਾਕਤਾਂ ਨੇ ਜਿਹ 'ਚ ਚੀਨ ਰਸ਼ੀਆ ਦੀ ਅਸੀਂ ਗੱਲਬਾਤ ਕਰਦੇ ਹਾਂ, ਜਿਨ੍ਹਾਂ ਤੋਂ ਥ੍ਰੈਟ ਹੈ ਲਗਾਤਾਰ, ਅਤੇ ਨਾਲੋਂ ਨਾਲ ਕਲਾਈਮੇਟ ਚੇਂਜ ਇੱਕ ਵੱਡਾ ਮੁੱਦਾ ਗਾ। ਸੋ ਇਸ ਪਾਸੇ ਵੱਲ ਹੁਣ ਕਦਮ ਜਿਹੜੇ ਉਹ ਵਧਾਏ ਜਾ ਰਹੇ ਨੇ। ਸੋ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਸਾਡੇ ਡਿਫੈਂਸ ਮਿਨਿਸਟਰ ਬਿਲ ਬਲੇਅਰ ਹੋਰਾਂ ਦੇ ਵੱਲੋਂ ਨਵੀਂ ਡਿਫੈਂਸ ਪਾਲਿਸੀ ਸਾਂਝੀ ਕੀਤੀ ਗਈ ਹੈ, ਜਿਹਦੇ 'ਚ ਲਗਭਗ $8 ਬਿਲੀਅਨ ਦੀ ਹੋਰ ਸਪੈਂਡਿੰਗ ਸ਼ਾਮਿਲ ਕੀਤੀ ਗਈ ਹੈ। ਉਹ 'ਚ ਸਬਮਰੀਨਸ ਦੀ ਚਰਚਾ ਵੀ ਹੈ, ਕਲਾਈਮੇਟ ਐਕਸ਼ਨ ਦੀ ਚਰਚਾ ਵੀ ਹੈ, ਅਤੇ ਨਾਲੋਂ ਨਾਲ ਹਵਾਈ ਸੈਨਾ ਜਿਹੜੀ ਸਾਡੀ ਏਅਰਫੋਰਸ ਆ ਉਹਦੇ ਵਿੱਚ ਵੀ ਸਪੈਂਡਿੰਗ ਦੀ ਗੱਲਬਾਤ ਹੈ। ਤਾਂ ਇਹਦੇ ਜ਼ਰੀਏ ਨਵੇਂ ਇਕਿਉਪਮੈਂਟਸ ਜਿਹੜੇ ਨੇ ਉਹ ਮਿਲਟਰੀ ਦੇ ਲਈ ਖਰੀਦੇ ਜਾਣੇ ਨੇ, ਅਤੇ ਇਹ ਫੰਡ ਜਿਹੜੇ ਵਧਾਏ ਗਏ ਨੇ ਇਹਦੇ ਨਾਲ ਲਗਭਗ ਉਸ ਟੀਚੇ ਤੱਕ ਪਹੁੰਚਿਆ ਜਾ ਸਕਦਾ ਕਿ ਕੈਨੇਡੀਅਨ GDP ਦਾ 1.5-2% ਜਿਹੜਾ ਉਹ ਡਿਫੈਂਸ 'ਤੇ ਖਰਚ ਹੋਵੇ। ਕਿਉਂਕਿ ਪਿਛਲੇ ਦਿਨੀ ਜਿਹੜੇ ਅਮੈਰੀਕਾ ਦੇ ਸਾਬਕਾ ਰਾਸ਼ਟਰਪਤੀ ਨੇ ਡੋਨਲਡ ਟਰੰਪ, ਤਾਂ ਡੋਨਲਡ ਟਰੰਪ ਹੋਰਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਕਿ ਜਿਹੜੇ ਨਾਟੋ ਅਲਾਈਜ਼ ਆਪਣੀ GDP ਦਾ 2% ਡਿਫੈਂਸ ਉੱਪਰ ਨਹੀਂ ਖਰਚਦੇ ਉਹਨਾਂ ਦੀ ਰਾਖੀ ਕਰਨੀ ਜਿਹੜੀ ਹੈ ਉਹ ਵਾਰ ਦੀ ਸਥਿਤੀ ਦੇ ਵਿੱਚ ਔਖੀ ਹੋ ਸਕਦੀ ਹੈ। ਤਾਂ ਉਹਦਾ ਜਦੋਂ ਇਸ਼ਾਰਾ ਕੀਤਾ ਗਿਆ ਤਾਂ ਕੈਨੇਡਾ ਉਹਨਾਂ ਮੁਲਕਾਂ ਦੇ ਵਿੱਚੋਂ ਹੀ ਹੈ ਕਿ ਜਿਹੜਾ ਆਪਣੀ GDP ਦਾ 1.5% ਵੀ ਡਿਫੈਂਸ ਦੇ ਉੱਪਰ ਨਹੀਂ ਖਰਚਦਾ। ਸੋ ਪਿਛਲੇ ਸਮੇਂ ਦੌਰਾਨ ਇਸ ਚੀਜ਼ ਦੇ ਉੱਪਰ ਟੀਚੇ ਮਿਥੇ ਗਏ ਜਾਂ ਅਸਮਰੱਥਾ ਵੀ ਕਈ ਵਾਰੀ ਪ੍ਰਗਟਾਈ ਗਈ, ਪਰ ਹੁਣ ਉਸ ਦਿਸ਼ਾ ਦੇ ਵੱਲ ਕਦਮ ਜਿਹੜੇ ਉਹ ਵਧਾਏ ਗਏ ਨੇ ਕਿ ਅਗਲੇ ਸਾਲਾਂ ਦੇ ਵਿੱਚ ਜੇਕਰ $8 ਬਿਲੀਅਨ ਐਕਸਟਰਾ ਖਰਚਣ ਦੀ ਗੱਲਬਾਤ ਹੈ ਤਾਂ ਇਹਦੇ ਨਾਲ 1.25% ਦਾ ਟੀਚਾ ਇਨ ਫਿਊਚਰ ਜਿਹੜਾ ਉਹ ਹਾਸਲ ਕੀਤਾ ਜਾ ਸਕਦਾ, ਜਿਹਦੇ ਨਾਲ 2% ਦੇ ਨੇੜੇ ਤੇੜੇ ਗੱਲਬਾਤ ਜਿਹੜੀ ਉਹ ਵੱਧ ਜਾਣੀ ਹੈ। ਇਸ ਤੋਂ ਇਲਾਵਾ ਪਿਛਲੇ ਸਮੇਂ ਦੌਰਾਨ ਇੱਕ ਸਮਝੌਤਾ ਹੋਇਆ ਸੀ ਜਿਹਦੇ ਤਹਿਤ ਇੰਗਲੈਂਡ, ਅਮੈਰੀਕਾ ਅਤੇ ਆਸਟ੍ਰੇਲੀਆ ਉਹਦਾ ਹਿੱਸਾ ਸੀ ਕਿ ਜਿਹੜੀਆਂ ਨਿਊਕਲੀਅਰ ਆਧਾਰਿਤ ਸਬਮਰੀਨਸ ਨੇ ਉਹ ਆਸਟ੍ਰੇਲੀਆ ਨੂੰ ਦਿੱਤੀਆਂ ਜਾਣੀਆਂ ਸੀ, ਅਤੇ ਉਹਦੇ 'ਚ ਅਮਰੀਕਾ ਇੰਗਲੈਂਡ ਦੇ ਵੱਲੋਂ ਸਮਝੌਤੇ ਤਹਿਤ ਮਦਦ ਜਿਹੜੀ ਕੀਤੀ ਜਾਣੀ ਸੀ, ਕਿਉਂਕਿ ਆਸਟ੍ਰੇਲੀਆ ਉਸ ਖਿੱਤੇ ਦੇ ਵਿੱਚ ਇੱਕ ਅਹਿਮ ਅਲਾਈ ਹੈ, 5 Eyes ਦਾ ਹਿੱਸਾ ਗਾ, ਅਤੇ ਜਿਸ ਢੰਗ ਦਾ ਥ੍ਰੈਟ ਚੀਨ ਦਾ ਵੱਧ ਰਿਹਾ ਗਾ ਤਾਂ ਉਹਦੇ ਚੱਲਦਿਆਂ ਇਹ ਕੋਸ਼ਿਸ਼ ਅਤੇ ਕਦਮ ਜਿਹੜੇ ਉਹ ਚੁੱਕੇ ਗਏ ਸੀ। ਪਰ 5 Eyes ਦੇ ਵਿੱਚੋਂ ਕੈਨੇਡਾ ਅਤੇ ਨਿਊਜ਼ੀਲੈਂਡ ਨੂੰ ਇਹਦਾ ਹਿੱਸਾ ਨਹੀਂ ਬਣਾਇਆ ਗਿਆ ਸੀ, ਤਾਂ ਉਸ ਸਮੇਂ ਵੀ ਬੜੀ ਚਰਚਾ ਇਸ ਮੁੱਦੇ ਨੂੰ ਲੈ ਕੇ ਚੱਲੀ ਕਿ ਕੀ ਡਿਫੈਂਸ ਸਪੈਂਡਿੰਗ ਇਹਦੇ ਲਈ ਜ਼ਿੰਮੇਵਾਰ ਹੈ, ਪਰ ਬਾਅਦ ਦੇ ਵਿੱਚ ਕਿਹਾ ਗਿਆ ਕਿ ਨਿਊਕਲੀਅਰ ਸਬਮਰੀਨਸ ਦੀ ਜ਼ਰੂਰਤ ਹੀ ਕੈਨੇਡਾ ਨੂੰ ਨਹੀਂ ਹੈਗੀ, ਤਾਂ ਇਸ ਕਰਕੇ ਉਹ ਇਸ ਸਮਝੌਤੇ 'ਚ ਨਹੀਂ। ਪਰ ਹੁਣ ਅਗਲੇ ਫੇਜ਼ ਦੇ ਵਿੱਚ ਇਹਦੇ 'ਚ ਸ਼ਾਇਦ ਕੈਨੇਡਾ ਅਤੇ ਨਿਊਜ਼ੀਲੈਂਡ ਨੂੰ ਸ਼ਾਮਿਲ ਕੀਤਾ ਜਾ ਸਕਦਾ। ਤਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਰਾਂ ਨੇ ਇਸ ਅਨਾਊਂਸਮੈਂਟ ਦੇ ਵੇਲੇ ਇਹ ਗੱਲਬਾਤ ਵੀ ਕੀਤੀ ਹੈ ਕਿ ਕੈਨੇਡਾ ਨੂੰ ਕੀ ਨਿਊਕਲੀਅਰ ਆਧਾਰਿਤ ਸਬਮਰੀਨਸ ਚਾਹੀਦੀ ਹੈ, ਤਾਂ ਇਹਦੇ ਬਾਰੇ ਵੀ ਸੋਚਿਆ ਜਾ ਰਿਹਾ, ਦੇਖਿਆ ਜਾ ਰਿਹਾ, ਅਤੇ ਇਸ ਜਿਹੜਾ ਸਮਝੌਤਾ ਹੋਇਆ ਸੀ, ਅਲਾਇੰਸ ਹੋਇਆ ਸੀ, ਤਾਂ ਇਹਦੇ 'ਚ ਕੈਨੇਡਾ ਦੀ ਭੂਮਿਕਾ ਕੀ ਹੋ ਸਕਦੀ ਹੈ, ਕੈਨੇਡਾ ਇਸ ਸਮਝੌਤੇ 'ਚ ਜਾ ਸਕਦਾ, ਤਾਂ ਇਹਦੇ ਲਈ ਕੋਸ਼ਿਸ਼ ਜਿਹੜੀ ਉਹ ਲਗਾਤਾਰ ਕੀਤੀ ਜਾ ਰਹੀ ਹੈ। ਸੋ ਕੁੱਲ ਮਿਲਾ ਕੇ ਡਿਫੈਂਸ ਸੈਕਟਰ ਦੇ ਲਈ ਅਹਿਮ ਅਨਾਊਂਸਮੈਂਟ ਜਿਹੜੀ ਉਹ ਸਰਕਾਰ ਦੇ ਵੱਲੋਂ ਕੀਤੀ ਗਈ ਹੈ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।